ਇਹ ਦੋ ਘਟਨਾਵਾਂ ਨੂੰ ਗੌਰ ਨਾਲ ਸੁਣਿਓ ਤੇ ਅੱਗੇ ਹੋਰਾਂ ਨੂੰ ਵੀ ਸੁਨਾਇਓ ਕਿਉਂਕਿ ਇਹ ਦੋਨੇ ਘਟਨਾਵਾਂ ਸੋਚਣ ਲਈ ਮਜਬੂਰ ਕਰਦੀਆਂ ਨੇ ਤੇ ਇੱਕ ਵੱਡਾ ਸਬਕ ਵੀ ਦਿੰਦੀਆਂ ਨੇ ਪੰਜਾਬ ਦੇ ਵਿੱਚ ਕੱਲ ਦੀਵਾਲੀ ਵਾਲੇ ਦਿਨ ਦੋ ਮੰਦ ਭਾਗੀਆਂ ਘਟਨਾਵਾਂ ਵਾਪਰੀਆਂ ਇੱਕ ਦੇ ਵਿੱਚ ਕੀ ਹੋਇਆ ਇੱਕ ਨੌਜਵਾਨ 25 ਸਾਲ ਦਾ ਮੁੰਡਾ ਜਿਹੜਾ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਹਪੁਰ ਦੇ ਰਹਿਣ ਵਾਲਾ ਸੀਗਾ ਉਹ ਇੱਕ ਆਤਿਸ਼ਬਾਜੀ ਜਿਹਨੂੰ ਪਿੰਡਾਂ ਚ ਹਵਾਈ ਕਹਿ ਦਿੰਦੇ ਨੇ ਬੋਤਲ ਚ ਰੱਖ ਕੇ ਉਹ ਹਵਾਈ ਚਲਾਉਣ ਲੱਗਿਆ ਤੇ ਜਦੋਂ ਹੀ ਉਹਨੇ ਉਸ ਆਤਿਸ਼ਬਾਜੀ ਨੂੰ ਅੱਗ ਲਾਈ ਤਾਂ ਉਹ ਅਸਮਾਨ ਚ ਜਾਣ ਦੀ ਬਜਾਏ ਸਿੱਧਾ ਉਸ ਦੇ ਗਲੇ ਚ ਆਣ ਵੱਜੀ ਤੇ ਗਲੇ ਚ ਛੇਕ ਕਰਕੇ ਤੇ ਗਲੇ ਦੇ ਵਿੱਚ ਤਸਬੀ ਤੇ ਫਿਰ ਉੱਥੇ ਹੀ ਉਸ ਨੌਜਵਾਨ ਪੁੱਤ ਦੀ ਮੌਤ ਹੋ ਗਈ ਹੁਣ ਤੁਸੀਂ ਦੇਖੋ ਭਾਵੇਂ ਉਹਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਦੀ ਤਾਂ ਉੱਥੇ ਮੌਕੇ ਤੇ ਹੀ ਮੌਤ ਹੋ ਗਈ ਸੀ ਕਿਉਂਕਿ ਉਸ ਦੀ ਸਾਰਾਗਾ ਜਿਹੜੀ ਉਹ ਬਿਲਕੁਲ ਖਤਮ ਉਸ ਆਤਿਸ਼ਬਾਜੀ ਨੇ ਕਰ ਦਿੱਤੀ ਸੀ ਦੂਜੀ ਘਟਨਾ ਜੀ ਫਿਰੋਜ਼ਪੁਰ ਦੇ ਪਿੰਡ ਜੈਮਲ ਵਾਲਾ ਤਿੰਨ ਮੁੰਡੇ ਸੀ ਜਿਹੜੇ ਉਹ ਦੀਵਾਲੀ ਦੇ ਉੱਪਰ ਖਰੀਦਦਾਰੀ ਕਰਨ ਬਾਜ਼ਾਰ ਜਾ ਰਹੇ ਸੀ ਦੋ ਸਕੇ ਭਰਾ ਸੀ ਤੇ ਇੱਕ ਉਹਨਾਂ ਦਾ ਪਿੰਡੋ ਦੋਸਤ ਸੀ ਕਿ ਕਿਸੇ ਨੇ ਉੱਥੇ ਸੜਕ ਦੇ ਕਿਨਾਰੇ ਆਪਦੇ ਖੇਤ ਦੇ ਵਿੱਚ ਅੱਗ ਲਾਈ ਹੋਈ ਸੀ ਸੜਕ ਤੇ ਧੂਆਂ ਚੱਲ ਰਿਹਾ ਸੀ ਹੁਣ ਰੁਕੇ ਉਹ ਵੀ ਨਹੀਂ ਤੇ ਰੁਕਿਆ ਅੱਗ ਲਾਉਣ ਵਾਲਾ ਵੀ ਨਹੀਂ ਜਦੋਂ ਹੀ ਉਹ ਉੱਥੋਂ ਲੰਘਣ ਲੱਗੇ ਤੇ ਉਹਨਾਂ ਦਾ ਐਸਾ ਬੈਲੈਂਸ ਵਿਗੜਿਆ ਉਹਨਾਂ ਨੂੰ ਦੇਖਣਾ ਬੰਦ ਹੋ ਗਿਆ ਤੇ ਅੱਗ ਦੇ ਵਿੱਚ ਉਹਨਾਂ ਦਾ ਮੋਟਰਸਾਈਕਲ ਡਿੱਗ ਪਿਆ ਮੋਟਰਸਾਈਕਲ ਸਾਰਾ ਹੀ ਸੜ ਗਿਆ ਕੋਲਾ ਹੋ ਗਿਆ ਸਵਾਹ ਹੋ ਗਿਆ ਤੇ ਉਹ ਜਿਹੜੇ ਮੁੰਡੇ ਨੇ ਉਹਨਾਂ ਦੀਆਂ ਵੀ ਲੱਤਾਂ ਬਾਹਾਂ ਮੂੰਹ ਤੇ ਸਰੀਰ ਕਾਫੀ ਹੱਦ ਤੱਕ ਸੜੇ ਨੇ ਹੁਣ ਉਹ ਮੁੰਡੇ ਫਿਰੋਜ਼ਪੁਰ ਦੇ ਹਸਪਤਾਲ ਦੇ ਵਿੱਚ ਦਾਖਲ ਨੇ ਹੁਣ ਇਹ ਦੋ ਘਟਨਾਵਾਂ ਨੇ ਜਿਹੜੀਆਂ ਇਹਨਾਂ ਦੀ ਆਪਾਂ ਚੀਰ-ਫਾੜ ਕਰਨੀ ਹੈ ਵੀ ਇਹ ਕੀ ਸਬਕ ਦਿੰਦੀਆਂ ਨੇ ਪਹਿਲੀ ਘਟਨਾ ਦੇਖੋ ਦੋਵੇਂ ਘਟਨਾ ਕੁਦਰਤੀ ਕਰੋਪੀ ਨਹੀਂ ਹੈਗੀਆਂ ਖੁਦਰਤ ਵੱਲੋਂ ਨਹੀਂ ਹੋਈਆਂ ਇਹ ਮਨੁੱਖਾਂ ਦੀ ਗਲਤੀ ਕਰਨ ਵਾਪਰੀਆਂ ਨੇ ਪਹਿਲੀ ਘਟਨਾ ਆਤਸ਼ਬਾਜੀ ਉਹ ਮੁੰਡਾ ਜਿਵੇਂ ਚਲਾਉਣ ਲੱਗਿਆ ਸੀ ਉਹਦੇ ਤੋਂ ਲਾਜ਼ਮੀ ਗਲਤੀ ਹੋਈ ਹੈ ਲਾਜ਼ਮੀ ਉਹਨੇ ਅਨਗਹਿਲੀ ਵਰਤੀ ਹੈ ਔਰ ਮੰਦਪਾਗੀ ਦੁਖਦಾಯಕ ਘਟਨਾ ਦਾ ਉਹ ਸ਼ਿਕਾਰ ਹੋਇਆ ਹੁਣ ਜੇਕਰ ਉਹ ਥੋੜਾ ਸਮਝ ਨਾਲ ਥੋੜਾ ਬੁੱਧੀ ਨਾਲ ਥੋੜਾ ਅਕਲ ਨਾਲ ਥੋੜਾ ਮਤਲਬ ਅਲਰਟ ਹੋ ਕੇ ਆਤਿਸ਼ਬਾਜੀ ਚਲਾਉਂਦਾ ਤਾਂ ਸ਼ਾਇਦ ਉਹ ਇਸ ਮੰਦਭਾਗੀ ਘਟਨਾ ਦਾ ਸ਼ਿਕਾਰ ਨਾ ਹੁੰਦਾ ਹੁਣ ਆਪਾਂ ਦੇਖਦੇ ਹਾਂ ਬਹੁਤ ਸਾਰੇ ਲੋਕ ਪਟਾਕੇ ਚਲਾਉਂਦੇ ਨੇ ਆਤਿਸ਼ਬਾਧੀਆਂ ਚਲਾਉਂਦੇ ਨੇ ਜਿਹੜੇ ਅਨਾਰ ਜੇ ਆਉਂਦੇ ਨੇ ਉਹ ਚਲਾਉਂਦੇ ਨੇ ਤਾਂ ਫੁਕਰਪੰਥੀ ਨਾਲ ਬਹੁਤ ਸਾਰੇ ਲੋਕ ਚਲਾਉਂਦੇ ਨੇ ਕਈ ਤਾਂ ਦੂਜਿਆਂ ਨੂੰ ਵਿਖਾਉਣ ਲਈ ਹੱਥਾਂ 'ਚ ਫੜਫੜ ਚਲਾਉਂਦੇ ਪਟਾਕਾ ਇੱਕ ਹੱਥ ਨਾਲ ਪਟਾਕਾ ਫੜ ਲੈਣਗੇ ਮੋਮਬਤੀ ਜਗਾ ਕੇ ਤੇ ਪਟਾਕੇ ਦੇ ਫੀਤੇ ਨੂੰ ਅੱਗ ਲਾ ਕੇ ਫਿਰ ਦੂਰ ਸੁੱਟਣਗੇ ਤੇ ਐਦਾਂ ਬਹੁਤ ਸਾਰੇ ਲੋਕਾਂ ਦੇ ਹੱਥਾਂ 'ਚ ਉਹ ਪਟਾਕੇ ਚੱਲ ਗਏ ਕਿਉਂਕਿ ਇੰਨਾ ਕਫੀਤਾ ਹੁੰਦਾ ਕਈ ਵਾਰ ਉਹ 1 ਸੈਕਿੰਡ ਦਾ ਵੀ ਜਿਹੜਾ ਹੈ ਉਹ ਟਾਈਮ ਨਹੀਂ ਲੈਂਦਾ ਤੇ ਉਹ ਚੱਲ ਜਾਂਦਾ ਇਸੇ ਤਰ੍ਹਾਂ ਇਹ ਜਿਹੜਾ ਨੌਜਵਾਨ ਜਿਹੜਾ ਹਵਾਈ ਦਾ ਆਤਿਸ਼ਬਾਜੀ ਦਾ ਸ਼ਿਕਾਰ ਹੋਇਆ ਲਾਜ਼ਮੀ ਇਹਦੇ ਤੋਂ ਕੋਈ ਅਨਗੈਹੀ ਹੋਈ ਹੈ ਪਰ ਹੁਣ ਇਹ ਜਿਹੜੀ ਦਰਦਨਾਕ ਘਟਨਾ ਵਾਪਰ ਗਈ ਜ਼ਿੰਦਗੀ ਤੋਂ ਉਹ ਹੱਥ ਤੋਂ ਬੈਠਾ ਦੁੱਖ ਹੋਇਆ ਸੁਣ ਕੇ ਉਹਦੇ ਪਰਿਵਾਰ ਨੂੰ ਕਿੰਨਾ ਦੁੱਖ ਹੋਊਗਾ ਇਹ ਤੁਸੀਂ ਸੋਚ ਸਕਦੇ ਹੋ ਦੀਵਾਲੀ ਦਾ ਦਿਨ ਤਿਉਹਾਰ ਦਾ ਦਿਨ ਸੀਗਾ ਉਸ ਦਿਨ ਜਿੰਨਾਂ ਦਾ ਗੱਭਰੂ ਪੁੱਤ 25 ਸਾਲਾਂ ਦਾ ਤੁਰ ਗਿਆ ਮਰ ਗਿਆ ਉਹਨਾਂ ਦੇ ਉੱਪਰ ਬੀਤ ਕੀ ਰਹੀ ਹੈ ਇਹ ਤਾਂ ਆਪਾਂ ਸੋਚ ਸਕਦੇ ਆ ਪਰ ਆਪਾਂ ਨੂੰ ਸਬਕ ਲੈਣਾ ਚਾਹੀਦਾ ਪਹਿਲੀ ਤਾਂ ਗੱਲ ਇਹ ਪਟਾਕਿਆਂ 'ਚ ਰੱਖਿਆ ਕੁਛ ਨਹੀਂਗਾ ਜਿੰਨੇ ਕ ਕੱਪੜੇ ਧੋਣ ਲੱਗਿਆ ਬੀਬੀਆਂ ਜਿਹੜਾ ਉਹ ਥਾਪਾ ਮਾਰਦੀਆਂ ਨੇ ਨਾ ਕੱਪੜੇ ਧੋਣ ਲੱਗੀਆਂ ਉਹ ਥਾਪਾ ਇਹ ਪਟਾਕਿਆਂ ਦੀ ਆਵਾਜ਼ ਨਾਲ ਉਹ ਵੱਧ ਆਵਾਜ਼ ਕੱਢਦਾ ਹੈ ਤੇ ਜੇ ਉਹਦੇ ਨਾਲ ਸਵਾਦ ਨਹੀਂ ਆਉਂਦਾ ਤੇ ਪਟਾਕੇ ਦੀ ਠਾਠੂ ਨਾਲ ਕਿੰਨਾ ਕ ਸਵਾਦ ਆ ਸਕਦਾ ਹੈ ਖੈਰ ਅਸੀਂ ਵੀ ਨਿੱਕੇ ਰਹੇ ਹਾਂ ਉਦੋਂ ਇਹ ਗੱਲਾਂ ਸਮਝ ਨਹੀਂ ਆਉਂਦੀਆਂ ਉਦੋਂ ਤਾਂ ਐ ਹੀ ਹੁੰਦਾ ਵੀ ਪਟਾਕਾ ਤੇ ਬੰਬ ਚਲਾਉਣਾ ਤੇ ਹਵਾਈ ਚਲਾਉਣੀ ਹੈ ਤੇ ਅਨਾਰ ਚਲਾਉਣਾ ਹਰ ਗੱਲ ਜਿਹੜੀ ਆ ਉਹ ਉਮਰ ਦੇ ਇੱਕ ਪੜਾਤ ਜਾ ਕੇ ਜਾਂ ਕੋਈ ਨੁਕਸਾਨ ਕਰਾ ਕੇ ਜਾਂ ਫਿਰ ਬਹੁਤ ਜ਼ਿਆਦਾ ਸਿੱਖਣ ਸਿਖਾਉਣ ਨਾਲ ਹੀ ਆਉਂਦੀ ਹੈ ਇਸ ਕਰਕੇ ਹੁਣ ਜੇਕਰ ਆਪਾਂ ਲੋਹੇ ਦੇ ਉੱਪਰ ਇੱਕ ਹਥੌੜਾ ਮਾਰ ਗਏ ਤਾਂ ਜਿੰਨੀ ਕੋ ਉਹਦੀ ਆਵਾਜ਼ ਆਉਂਦੀ ਹੈ ਬਹੁਤ ਸਾਰੇ ਪਟਾਕਿਆਂ ਦੀ ਆਵਾਜ਼ ਉਸ ਤੋਂ ਘੱਟ ਹੁੰਦੀ ਹੈ ਤਾਂ ਐਵੇਂ ਪਟਾਕਿਆਂ ਦੇ ਸ਼ੋਰ ਚ ਸਵਾਦ ਲੈਣ ਦੀ ਕੋਸ਼ਿਸ਼ਾਂ ਹੈ ਅਤੇ ਬਚਪਣਾ ਹੀ ਪਰ ਬਚਪਣਾ ਜਿੰਨਾ ਤੇ ਹੈ ਫਿਰ ਉਹਨਾਂ ਨੇ ਇਹਨੂੰ ਮੰਨਣਾ ਵੀ ਹੈ ਪਰ ਸਾਨੂੰ ਸਭ ਦਾ ਨਹੀਂ ਰੱਖਣੀ ਚਾਹੀਦੀ ਹੁਣ ਦੂਜੀ ਜਿਹੜੀ ਗੱਲ ਜਿਹੜੇ ਫਿਰੋਜ਼ਪੁਰ ਦੇ ਜੈਮਲ ਵਾਲਾ ਚ ਇਹ ਤਿੰਨ ਮੁੰਡੇ ਜਿਹੜੇ ਮੋਟਰਸਾਈਕਲ ਤੇ ਜਾ ਰਹੇ ਸੀ ਦੀਵਾਲੀ ਵਾਲੇ ਦਿਨ ਤੇ ਜਿਹੜੇ ਵੇਚੀ ਡਿੱਗ ਪਏ ਕਿਸਾਨ ਨੇ ਖੇਤ ਨੂੰ ਅੱਗ ਲਾਈ ਸੀ ਹੁਣ ਇੱਥੇ ਸੋਚਣ ਵਾਲੀ ਗੱਲ ਇਹ ਬਣਦੀ ਹੈ ਪਹਿਲੀ ਤਾਂ ਗੱਲ ਜਿਹੜੇ ਅਸੀਂ ਖੇਤਾਂ ਨੂੰ ਅੱਗ ਲਾ ਰਹੇ ਹਾਂ ਅਸੀਂ ਪ੍ਰਾਲੀ ਨਹੀਂ ਸਾੜ ਰਹੇ ਅਸੀਂ ਆਪਣੇ ਪਰਿਵਾਰ ਦੇ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਸਾਹ ਸਾੜ ਰਹੇ ਹਾਂ ਅਸੀਂ ਸਾੜ ਕੀ ਰਹੇ ਹਾਂ ਆਕਸੀਜਨ ਸਾਡੀ ਜ਼ਿੰਦਗੀ ਤੇ ਸਾਡੇ ਸਾਹ ਕਾਦੇ ਬਣਦੇ ਨੇ ਆਕਸੀਜਨ ਦੇ ਸਾੜ ਤੇ ਅਸੀਂ ਸਾਹ ਰਹੇ ਹਾਂ ਪਰ ਨਿਰਾਪura ਦੋਚੀ ਕਿਸਾਨ ਕੱਲਾ ਵੀ ਨਹੀਂ ਗਾ ਇਹ ਪੂਰਾ ਸਿਸਟਮ ਦੋਚੀ ਆ ਪੂਰਾ ਪ੍ਰਬੰਧ ਦੋਚੀ ਹੈ ਕਿਉਂਕਿ ਨਾ ਤੇ ਕਿਸਾਨਾਂ ਨੂੰ ਬੈਲਰ ਮਿਲ ਰਹੇ ਨੇ ਹੁਣ 70% ਦੀ ਕਿਸਾਨਾਂ ਕੋਲੇ ਆਪਣਾ ਟਰੈਕਟਰ ਆਪਣੀ ਮਸ਼ੀਨਰੀ ਹੈ ਨਹੀਂ ਕਿਰਾਏ ਤੇ ਲੈ ਕੇ ਜੇ ਉਹ ਰੋਟਾਵੇਟਰ ਵਗੈਰਾ ਤੋਂ ਪਰਾਲੀ ਵਿੱਚੇ ਗਲਾਉਂਦੇ ਨੇ ਤਾਂ 4000 ਰੁਪਿਆ ਕਿੱਲਾ ਦੇ ਕਰੀਬ ਖਰਚ ਆਉਂਦਾ ਹੈ ਤਾਂ ਉਹ ਇੰਨਾ ਖਰਚ ਜਿਹੜਾ ਉਹਦੇ ਚੋ ਜੇ ਅੱਧਾ ਸਰਕਾਰ ਵੀ ਦੇ ਦੇਵੇ ਤਾਂ ਮੈਨੂੰ ਲੱਗਦਾ ਹੈ ਫਿਰ ਕਿਸਾਨਾਂ ਲਈ ਕੰਮ ਸੌਖਾ ਹੋ ਸਕਦਾ ਹੈ ਪਹਿਲਾਂ ਤੋਂ ਹੀ ਕਰਜ਼ੇ ਦੇ ਸੰਕਟ ਚ ਫਸੀ ਕਿਸਾਨੀ ਜਿਹੜੀ ਹੈ ਸਰਕਾਰ ਨੂੰ ਚਾਹੀਦਾ ਕਿ ਜਿੰਨਾ ਖਰਚ ਆਵੇ ਉਸ ਤੋਂ ਅੱਧਾ ਸਰਕਾਰ ਜਰੂਰ ਦੇਵੇ ਹੁਣ ਜਦੋਂ ਪਹਿਲੀ ਤਾਂ ਗੱਲ ਕਿਸਾਨ ਨੂੰ ਅੱਗ ਲਾਉਣੀ ਨਹੀਂ ਚਾਹੀਦੀ ਜੇ ਲਾਉਣੀ ਸੀ ਤਾਂ ਦਿਨ ਦੀ ਵੀ ਨਹੀਂ ਸੀ ਲਾਉਣੀ ਚਾਹੀਦੀ ਜੇ ਉਹਨੂੰ ਮਜਬੂਰੀ ਸੀ ਕੋਈ ਉਹ ਰਾਤ ਨੂੰ ਕੋਈ 7-8 ਵਜੇ ਲਾਉਂਦਾ ਜਾ ਕੇ ਜਦੋਂ ਸੜਕ ਤੋਂ ਬਹੁਤ ਘੱਟ ਆਵਾਜ਼ਾਈ ਹੋਣੀ ਸੀ ਜਾਂ ਨਾ માત્ર ਆਵਾਜ਼ਾਈ ਹੋਣੀ ਸੀ ਦਿਨੇ ਜਿੰਨੇ ਠੋਕਤੀ ਉਹਨੇ ਗਲਤ ਕੀਤਾ ਤੇ ਫਿਰ ਜੇ ਅੱਗ ਠੁੱਕੀ ਹੋਈ ਸੀ ਤਾਂ ਉਹ ਜਿਹੜੇ ਤਿੰਨ ਜਣੇ ਮੋਟਰਸਾਈਕਲ ਤੇ ਆ ਰਹੇ ਸੀ ਉਹ ਬੱਚਿਆਂ ਦੇ ਵਿੱਚੋਂ ਜੇ ਇੱਕ ਵੀ ਸਮਝਦਾਰੀ ਨਾਲ ਸੋਚਦਾ ਥੋੜਾ ਦਿਮਾਗ ਨਾਲ ਸੋਚਦਾ ਤੇ ਕਹਿੰਦਾ ਰੁਕਜੋ ਯਾਰ ਧੂਆਂ ਚੱਲੀ ਜਾਂਦਾ ਅੱਖਾਂ 'ਚ ਪੈ ਜਾਣਾ ਇਹਨੇ ਦਿਖਣ ਨਹੀਂ ਦੇਣਾ ਐਵੇਂ ਡਿੱਗਾਂਗੇ ਤਾਂ ਰਕਵਾ ਦਿੰਦਾ ਤਾਂ ਇਹ ਹਾਦਸਾ ਰੁਕ ਜਾਣਾ ਸੀ ਦੋਵਾਂ ਸੂਰਤਾਂ 'ਚ ਹਾਦਸਾ ਰੁਕ ਸਕਦਾ ਸੀ ਜੇ ਪਹਿਲਾਂ ਕਿਸਾਨ ਅਕਲ ਵਰਤਦਾ ਉਹ ਦਿਨੇ ਅੱਗ ਲਾਉਂਦਾ ਨਾ ਜੇ ਫਿਰ ਤਿੰਨੇ ਮੋਟਰਸਾਈਕਲ ਤੇ ਆ ਰਹੇ ਜਿਹੜੇ ਉਹ ਮੁੰਡੇ ਸੀ ਉਹ ਥੋੜੀ ਜੀ ਅਕਲ ਵਰਤਦੇ ਉਹ ਇੱਕ ਵਾਰ ਰੁਕ ਜਾਂਦੇ ਕਿੰਨਾ ਕੁ ਡਿੱਕਣਾ ਪੈਂਦਾ 5 7 10 ਮਿੰਟ ਦੀ ਖੇੜ ਹੀ ਹੁੰਦੀ ਆ ਇਹ ਧੂਆਂ ਬਹੁਤਾ देर ਨਹੀਂ ਰਹਿੰਦਾ 10 ਕੁ ਮਿੰਟਾਂ ਜੇ ਧੂਆਂ ਛਾਈਆਂ ਮਾਈਆਂ ਹੋ ਜਾਣਾ ਸੀ ਫਿਰ ਲੰਘ ਜਾਂਦੇ RAM ਨਾਲ ਪਰ ਮੈਂ ਭਾਸ਼ਣ ਦੂਜਿਆਂ ਨੂੰ ਦੇ ਰਿਆਂ ਅਸੀਂ ਸਾਰੇ ਹੀ ਅਜਿਹੇ ਆ ਸਬਰ ਸਾਡੇ ਸਾਰਿਆਂ ਚ ਦੀ ਹੈਗਾ ਮੈਂ ਆਪਣੀ ਗੱਲ ਵੀ ਵਿੱਚ ਕਰਾਂ ਕਿਤੇ ਵੀ ਅਸੀਂ ਸਬਰ ਰੱਖਦੇ ਨਹੀਂ ਮਾੜੀ ਮਾੜੀ ਗੱਲ ਤੇ ਬੇਸਬਰੇ ਹੋ ਜਾਂਦੇ ਆ ਆ ਹੁਣ ਰੇਲਵੇ ਦਾ ਫਾਟਕ ਲੱਗਾ ਹੁੰਦਾ ਕਈ ਵਾਰੀ ਤੇ ਗੱਡੀ ਦਿਖੀ ਵੀ ਜਾਂਦੀ ਹੁੰਦੀ ਵੀ ਅੱਧੇ ਮਿੰਟ 'ਚ ਨੇ ਟੱਪ ਜਾਣਾ ਉਹ ਨੇੜੇ ਆ ਗਈ ਐ ਪਰ ਫਿਰ ਵੀ ਮੇਰੇ ਵਰਗੇ ਕਹਿੰਦੇ ਨੇ ਯਾਰ ਇਹ ਤਾਂ ਅਜੇ ਅੱਧੇ ਕਿਲੋਮੀਟਰ ਤੇ ਆ ਇਹ ਤਾਂ ਮਿੰਟ ਡੇਢ ਮਿੰਟ ਲਾਏਗੀ ਉਹਨੇ ਟਾਈਮ ਨੂੰ ਫਟਵਾ ਲੈਨੇ ਆ ਤੇ ਇਦਾਂ ਵੀ ਬਹੁਤ ਸਾਰੇ ਹਾਦਸੇ ਅੱਜ ਤੱਕ ਹੋਏ ਨਹੀਂ ਸੋ ਇਹ ਕਟਨਾਵਾ ਜਿਹੜੀਆਂ ਨੇ ਇਹ ਸਬਕ ਦਿੰਦਿਆਂ ਨੇ ਕੱਲ ਇੱਕ ਹੋਰ ਮੰਦ ਭਾਗੀ ਘਟਨਾ ਵਾਪਰੀ ਚਾਚਾ ਭਤੀਜਾ ਪਟਾਕੇ ਚਲਾ ਰਹੇ ਸੀ ਪਟਾਕਿਆਂ ਦੀ ਠਾਠਾ ਹੋ ਰਹੀ ਸੀ ਗਲੀ 'ਚ ਹੋਰ ਲੋਕ ਵੀ ਸਾਹਮਣੇ ਪਟਾਕੇ ਚਲਾ ਰਹੇ ਸੀ ਵੀਡੀਓ ਵਾਇਰਲ ਹੋਈ ਹੈ ਵੀਡੀਓ ਸੀਸੀਟੀਵੀ ਕੈਮਰੇ ਨਾਲ ਬਣੀ ਹੈ ਤਾਂ ਕਈ ਲੋਕ ਗਲੀ 'ਚ ਪਟਾਕੇ ਚਲਾ ਰਹੇ ਤੇ ਇੱਕ ਮੋਟਰਸਾਈਕਲ ਉੱਥੋਂ ਲੰਘਦਾ ਮੋਟਰਸਾਈਕਲ ਤੇ ਦੋ ਜਣੇ ਆਉਂਦੇ ਆ ਤੇ ਉਹ ਚਾਚੇ ਭਤੀਜੇ ਦੇ ਨੇੜੇ ਆ ਕੇ ਇੱਕ ਬੰਦਾ ਮੋਟਰਸਾਈਕਲ ਤੋਂ ਉੱਤਰ ਖੜਦਾ। ਵੇਖਣ ਨੂੰ ਐ ਲੱਗਦਾ ਵੀ ਪਟਾਕਿਆਂ ਕਰਕੇ ਉੱਤਰਿਆ। ਪਰ ਉਹ ਆਪਣੀ ਡੱਬ ਚੋਂ ਪਿਸਤੌਲ ਕੱਢਦਾ ਤੇ ਚਾਚੇ ਦੇ ਤਾੜ 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 ਗੋਲੀਆਂ ਭਰਾ ਦਿੰਦਾ। ਤੇ ਗੋਲੀਆਂ ਮਾਰ ਕੇ ਆਰਾਮ ਨਾਲ ਉਹ ਉੱਥੋਂ ਨਿਕਲ ਜਾਂਦੇ ਨੇ ਤੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ। ਲੋਕਾਂ ਨੂੰ ਐ ਲੱਗਦਾ ਸ਼ਾਇਦ ਪਟਾਕੇ ਹੀ ਚੱਲੀ ਜਾਂਦੇ ਨੇ। ਕਿਉਂਕਿ ਪਹਿਲੇ ਹੀ ਪਟਾਕੇ ਚੱਲੀ ਜਾਂਦੇ ਸੀ ਗਲੀ 'ਚ। ਪਤਾ ਹੀ ਨਹੀਂ ਲੱਗਾ ਕਿਸੇ ਨੂੰ ਤੇ ਉਹ ਚਾਚੇ ਪਤੀਜੇ ਨੂੰ ਮਾਰ ਕੇ ਤੇ ਉਹ ਗਏ ਜਿੰਨੇ ਟਾਈਮ ਨੂੰ ਲੋਕਾਂ ਨੇ ਪਿੱਛਾ ਕਰਕੇ ਫੜਨਾ ਸੀ ਉਹ ਪਤਾ ਹੀ ਨਹੀਂ ਲੱਗਾ ਕਿਸੇ ਨੂੰ ਉਹ ਵੀਡੀਓ ਦੇ ਵਿੱਚ ਜਦੋਂ ਵੇਖਦੇ ਆ ਕੁਝ ਟਾਈਮ ਲਈ ਤਾਂ ਉਹ ਜਿਹੜਾ ਭਤੀਜਾ ਜਵਾਨ ਕੋਲ ਖੜਾ ਉਹਨੂੰ ਵੀ ਨਹੀਂ ਪਤਾ ਲੱਗਾ ਉਹਨੂੰ ਵੀ 5-7 ਸੈਕਿੰਡ ਬਾਅਦ ਹੀ ਪਤਾ ਲੱਗਾ ਚਾਣਕ ਜਿਆ ਜਿਹੜਾ ਡਿੱਗ ਪਿਆ ਮੇਰਾ ਚਾਚਾ ਉਹਦਾ ਗੋਲੀ ਮਾਰ ਕੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਦਿਵਾਲੀ ਵਾਲੇ ਦਿਨ ਹੋਈਆਂ ਜਿਨ੍ਹਾਂ ਨੇ ਦੁੱਖ ਦਿੱਤਾ ਜਿਨ੍ਹਾਂ ਨੇ ਮਨ ਦੁਖੀ ਕੀਤਾ ਪਰ ਇਹਨਾਂ ਸਾਰੀਆਂ ਘਟਨਾਵਾਂ ਤੋਂ